ਪੇਟ ਤੋਂ ਅਸੀਂ ਆਏ ਹਾਂ ਇੱਧਰੋਂ ਜਿੱਧਰ ਖੜੇ ਨੇ ਲੱਕੀ ਹੋਣੀ ਇੱਧਰੋਂ ਅਤੇ ਇੱਧਰ ਅਸੀਂ ਜਾਣਾ ਵਾ ਜਾਂ ਗੋਬਿੰਦਘਾਟ ਗੁਰਦੁਆਰਾ ਸਾਹਿਬ ਜਾਣਾ ਵਾ, ਲੇਕਿਨ ਗੋਬਿੰਦਘਾਟ ਗੁਰਦੁਆਰਾ ਸਾਹਿਬ ਜਾਣ ਤੋਂ ਪਹਿਲਾਂ ਇੱਕ ਮੰਦਿਰ ਆ, ਅਸੀਂ ਉਹਦੇ ਦਰਸ਼ਨ ਵੀ ਕਰਨੇ ਆ ਉਹ ਨਾਲੇ। ਹਾਂ ਦੇਖੋ ਰਸਤਾ ਜਿਹੜਾ ਵਾ ਕਾਫੀ ਰਿਸਕੀ ਜਿਹਾ ਲੱਗਦਾ ਇੱਧਰ, ਚਲੋ ਬਾਕੀ ਲੈ ਕੇ ਰੱਬ ਨਾਲ ਜਾਂਦੇ ਹਾਂ ਫਿਰ ਦੇਖਦੇ ਹਾਂ ਕੀ ਹਿਸਾਬ ਕਿਤਾਬ ਇੱਧਰ ਦਾ। ਹਾਂਜੀ ਆਫਟਰ ਆਲ ਅਸੀਂ ਪਹੁੰਚ ਹੀ ਗਏ ਜੀ। ਇੱਕ ਇੱਕ ਚੀਜ਼ ਪੰਡਿਤ ਜੀ ਮੈਨੇ ਪੁੱਛਣੀ ਸੀ, ਅਗਰ ਕੋਈ ਯਾਤਰੀ ਬਾਹਰ ਸੇ ਆਤਾ ਹੈ ਉਸਕੋ ਯਹਾਂ ਪੇ ਦੇਰ ਸਵੇਰ ਹੋ। ਬਾਰਿਸ਼ ਹੋਣ ਲੱਗ ਗਈ ਪੂਰੀ ਹੁਣ ਇੱਥੇ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਰ ਸਾਰੇ ਕਿੱਦਾਂ? ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅਤੇ ਅਸੀਂ ਵੀ ਪੂਰੇ ਵਧੀਆ ਜੀ। ਅਤੇ ਜਿੱਦਾਂ ਕਿ ਆਪਾਂ ਤੁਹਾਨੂੰ ਪਿਛਲੇ ਵਲੋਗ ਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਕਿ ਅਸੀਂ ਸ਼੍ਰੀਨਗਰ ਜਿਹੜਾ ਹੈਗਾ ਵਾ ਉੱਥੇ ਰੁਕ ਗਏ ਸੀ, ਅਤੇ ਰਾਤ ਅਸੀਂ ਨਾਈਟ ਸਟੇਅ ਇੱਥੇ ਕੀਤੀ, ਇੱਥੇ ਕਮਰਾ ਕੁਮਰਾ ਲੈ ਲਿਆ ਸੀਗਾ, ਕਮਰਾ ਵੀ ਸਾਨੂੰ ਇੱਥੇ ਵਧੀਆ ਮਿਲ ਗਿਆ। ਅਤੇ ਉਹਦੇ ਰੂਮ ਦਾ ਜਿਹੜਾ ਤੁਹਾਨੂੰ ਸੀਗਾ ਰਾਤ ਅਸੀਂ ਦਿਖਾਈ ਦਿੱਤਾ ਸੀ ਕਿੱਥੇ ਅਸੀਂ ਰੁਕੇ ਸੀਗੇ। ਅਤੇ ਅੱਜ ਦਾ ਜਿਹੜਾ ਹੈਗਾ ਵਾ ਸਫ਼ਰ ਅਸੀਂ ਇੱਥੋਂ ਹੀ ਸਟਾਰਟ ਕਰਨ ਲੱਗੇ ਹਾਂ, ਅਤੇ ਇੱਥੋਂ ਜਿਹੜਾ ਹੈਗਾ ਅਸੀਂ ਗੁਰਦੁਆਰਾ ਸ਼੍ਰੀ ਗੋਬਿੰਦਘਾਟ ਸਾਹਿਬ ਜਿਹੜਾ ਜਾਣਾ ਵਾ। ਅਤੇ ਇਹ ਜਿਹੜਾ ਡਿਸਟੈਂਸ ਹੈਗਾ ਅਪਰੋਕਸੀਮੇਟਲੀ 170 ਕਿਲੋਮੀਟਰ ਦੇ ਕਰੀਬ ਹੈਗਾ ਵਾ। ਅਤੇ ਇੱਥੋਂ ਪਹਿਲਾਂ ਅਸੀਂ ਜਾਵਾਂਗੇ ਗੋਪੇਸ਼ਵਰ, ਗੋਪੇਸ਼ਵਰ ਤੋਂ ਫਿਰ ਜੋਸ਼ੀਮੱਠ, ਜੋਸ਼ੀਮੱਠ ਤੋਂ ਫਿਰ ਗੁਰਦੁਆਰਾ ਗੋਬਿੰਦਘਾਟ ਸਾਹਿਬ। ਅਤੇ ਇਸ ਸਫ਼ਰ ਨੂੰ, ਅੱਜ ਦੇ ਸਫ਼ਰ ਨੂੰ ਜਿਹੜਾ ਅਪਰੋਕਸੀਮੇਟਲੀ ਸਾਨੂੰ ਜਿਹੜਾ ਟਾਈਮ ਲੱਗਣਾ ਵਾ 5-6 ਘੰਟੇ ਲੱਗਣਗੇ ਰਸਤੇ ਦੇ ਵਿੱਚ। ਉੱਥੇ ਅਸੀਂ ਪਹੁੰਚ ਜਾਵਾਂਗੇ ਸ਼ਾਮ ਦੁਪਹਿਰੇ 3-4 ਦੇ ਵੀ ਕਰੀਬ, ਜਾਣੀ ਕਿ ਅਸੀਂ ਉੱਥੇ ਪਹੁੰਚ ਜਾਵਾਂਗੇ। ਉੱਥੇ ਜਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ, ਅਤੇ ਨਾਲੇ ਯਾਤਰਾ ਦੇ ਸੰਬੰਧਿਤ ਕੋਈ ਵੀ ਜਾਣਕਾਰੀ ਆ ਜਿਹੜੀ ਉੱਥੇ ਸਾਨੂੰ ਮਿਲੀ ਉਹ ਤੁਹਾਨੂੰ ਅਸੀਂ ਉੱਥੇ ਜਾ ਕੇ ਦਿੰਦੇ ਹਾਂ ਜੀ। ਅਤੇ ਹੁਣ ਆਪਾਂ ਚੱਲਦੇ ਹਾਂ ਜੀ, ਬ੍ਰੇਕਫਾਸਟ ਵਗੈਰਾ ਜਿਹੜਾ ਰਸਤੇ ਵਿੱਚ ਹੀ ਕਰਾਂਗੇ, ਨਾਲੇ ਜੇਕਰ ਕਿਤੇ ਵੀ ਰੁਕਦੇ ਹਾਂ ਕੋਈ ਵੀ ਇਨਫੋਰਮੇਸ਼ਨ ਸਾਨੂੰ ਯਾਤਰਾ ਸੰਬੰਧੀ ਮਿਲੂਗੀ ਉਹ ਤੁਹਾਨੂੰ ਅਸੀਂ ਜ਼ਰੂਰ ਦੇਵਾਂਗੇ। ਤੁਸੀਂ ਰਾਤ ਵੀ ਇਸੇ ਪੋਜੀਸ਼ਨ 'ਚ ਪਏ ਸੀ ਅਤੇ ਹੁਣ ਵੀ, ਇਹ ਕੀ ਚੱਕਰ? ਹੁਣ ਕੀ ਡੀਕਦੇ ਪਏ ਹਾਂ? ਰੇੜੀ ਰੂੜੀ ਹੋ ਗਈ ਹੁਣ, ਅਸੀਂ ਰੇੜੀ ਹੋਣ ਤੋਂ ਬਾਅਦ ਵੀ ਸਾਡਾ ਬਾਈ ਇੱਕ ਬਲੈਂਕਟ 'ਚ ਵੜ ਗਿਆ, ਦੇਖ ਲਓ ਇਹਨੂੰ ਜ਼ਿਆਦਾ ਠੰਡ ਲੱਗਦੀ। ਪਾਈਆਂ ਕੈਪਰੀ ਵਾਲੇ ਲੈ ਉੱਪਰ ਸ਼ੋਰਟਸ ਪਾ ਕੇ ਅਤੇ ਉੱਪਰ ਕੰਬਲ ਲੈ ਲੈ ਪੈਂਦੇ ਆ, ਫਿਰ ਏ ਸੀ ਲਾਇਆ ਹੋਇਆ, ਕਹਿੰਦੇ ਠੰਡ ਲੱਗਦੀ ਆ। ਹੁਣ ਬਸ ਬਾਈ ਵੀ ਬ੍ਰੇਕਫਾਸਟ ਆ ਜਾਏ, ਬ੍ਰੇਕਫਾਸਟ ਕਰਕੇ ਫਿਰ ਅਸੀਂ ਇੱਥੋਂ ਨਿਕਲਾਂਗੇ। ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸ ਦਿੱਤਾ ਸੀ ਕਿ ਅੱਜ ਅਸੀਂ ਜਾਵਾਂਗੇ, ਅੱਜ ਆਪਾਂ ਚਲੇ ਜਾਵਾਂਗੇ ਨਾ ਗੋਬਿੰਦਘਾਟ ਤੱਕ, ਤਾਂ ਗੋਬਿੰਦਘਾਟ ਗੁਰਦੁਆਰਾ ਸਾਹਿਬ ਤੱਕ ਜਾਵਾਂਗੇ। ਅਤੇ ਉੱਥੇ ਇੱਥੋਂ ਤੱਕ ਜਿਹੜਾ ਹੈਗਾ ਵਾ 170 ਕਿਲੋਮੀਟਰ ਆ, ਹੈ ਨਾ 168 ਕਿਲੋਮੀਟਰ, 170 ਕਿਲੋਮੀਟਰ ਆ ਆਪਾਂ ਨੂੰ 5-6 ਘੰਟੇ ਲੱਗਣਗੇ, 5-6 ਘੰਟੇ 'ਚ ਅਸੀਂ ਉੱਥੇ ਪਹੁੰਚ ਜਾਵਾਂਗੇ। ਅਤੇ ਬਾਕੀ ਫਿਰ ਉੱਥੇ ਜਾ ਕੇ ਤੁਹਾਨੂੰ ਦਿੰਦੇ ਹੀ ਅਪਡੇਟ ਯਾਤਰਾ ਦੀ। ਫਿਰ ਐਕਚੁਅਲ ਦੇ ਵਿੱਚ ਜਿਹੜੀ ਯਾਤਰਾ ਵਾ ਉਹ ਗੋਬਿੰਦਘਾਟ ਤੋਂ ਹੀ ਸ਼ੁਰੂ ਹੁੰਦੀ ਆ, ਹਾਲੇ ਤਾਂ ਰਸਤੇ ਦੇ ਵਿੱਚ ਹੀ ਆ, ਸਫ਼ਰ ਹੀ ਆ ਇਹ। ਆਹ ਹੋਟਲ ਸੀਗਾ ਜਿੱਥੇ ਅਸੀਂ ਰਾਤ ਰੁਕੇ ਸੀਗੇ, ਬਟ ਸਾਡਾ ਇੱਥੇ ਬੈਡ ਐਕਸਪੀਰੀਅੰਸ ਹੀ ਰਿਹਾ ਵਾ। ਬੈਡ ਐਕਸਪੀਰੀਅੰਸ ਬ੍ਰੇਕਫਾਸਟ ਨੂੰ ਲੈ ਕੇ ਹੋਇਆ, ਆਲਮੋਸਟ ਅਸੀਂ ਅੱਧਾ ਪੌਣਾ ਉਹ ਘੰਟਾ ਹੋ ਗਿਆ ਨੂੰ ਬ੍ਰੇਕਫਾਸਟ ਕਿਸੇ ਨੂੰ, ਪਰ ਇਹਨੇ ਬ੍ਰੇਕਫਾਸਟ ਨੂੰ ਸਾਨੂੰ ਲੇਟ ਬਹੁਤ ਕਰਾਤਾ। ਅਤੇ ਫਿਰ ਅਸੀਂ ਹੁਣ ਇੱਥੋਂ ਬਿਨਾਂ ਬ੍ਰੇਕਫਾਸਟ ਕੀਤੇ ਹੀ ਨਿਕਲ ਲੱਗੇ ਹਾਂ, ਅੱਗੇ ਜਾ ਕੇ ਫਿਰ ਅਸੀਂ ਹੁਣ ਅੱਗੇ ਬ੍ਰੇਕਫਾਸਟ ਜਿਹੜਾ ਵਾ ਉਹ ਕਰਾਂਗੇ। ਅਤੇ ਫਿਰ ਜਿੱਥੇ ਵੀ ਰੁਕਦੇ ਹਾਂ ਜੀ ਮਿਲਦੇ ਹਾਂ। ਅਤੇ ਅੱਜ ਦਾ ਸਫ਼ਰ ਤਾਂ ਕੋਈ ਸਾਡਾ ਹੈ ਨੀਗਾ, ਅਪਰੋਕਸੀਮੇਟਲੀ ਤੁਹਾਨੂੰ ਦੱਸਿਆ ਵੀ 4 ਨਹੀਂ ਤਾਂ 5 ਘੰਟੇ ਸਾਨੂੰ ਲੱਗਣਗੇ ਗੁਰਦੁਆਰਾ ਸਾਹਿਬ ਤੱਕ। ਅਤੇ ਜਾਂਦੇ ਹਾਂ ਫਿਰ ਹੌਲੀ ਹੌਲੀ, ਅਤੇ ਰਸਤੇ 'ਚ ਜਿੱਥੇ ਫਿਰ ਰੁਕਦੇ ਹਾਂ ਉਹ ਸਾਰਾ ਤੁਹਾਨੂੰ ਦੱਸ।
ਹਾਂਜੀ ਤੇ ਹੁਣ ਅਸੀਂ ਰੁਦਰਪ੍ਰਯਾਗ ਪਹੁੰਚ ਗਏ ਸੀਗੇ ਤੇ ਇੱਥੇ ਅਸੀਂ ਬ੍ਰੇਕਫਾਸਟ ਵਗੈਰਾ ਜਿਹੜਾ ਕਰਨ ਲੱਗੇ ਹਾਂ। ਲੱਕੀ ਉਹਨੀ ਅੰਦਰ ਪਹਿਲਾਂ ਕਨਫਰਮ ਕਰ ਲੱਗਿਆ ਕਿ ਇੱਥੇ ਤਵਾ ਪਰਾਂਠਾ ਮਿਲ ਜੂ, ਕਿਉਂਕਿ ਇੱਕ ਜਗ੍ਹਾ ਅਸੀਂ ਪਿੱਛੇ ਵੀ ਟਰਾਈ ਕੀਤਾ ਸੀਗਾ, ਉੱਥੇ ਤਵਾ ਪਰਾਂਠਾ ਨਹੀਂ ਸੀਗਾ, ਤੰਦੂਰੀ ਮਿਲਦਾ ਸੀ। ਤੰਦੂਰੀ ਨੂੰ ਅਸੀਂ ਪ੍ਰੈਫਰ ਨਹੀਂ ਕਰਾਂਗੇ, ਤੰਦੂਰੀ ਪਰਾਂਠਾ ਸਾਨੂੰ ਵਧੀਆ ਲੱਗਦਾ, ਸਵਾਦ ਜਿਹਾ ਨਹੀਂ ਲੱਗਦਾ। ਅਤੇ ਉਹ ਹੁਣ ਅਸੀਂ ਪਤਾ ਕਰਨ ਗਏ ਲੱਕੀ ਦੇ ਸਰ ਵੀ ਕਿ ਇੱਥੇ ਤਵਾ ਪਰਾਂਠਾ ਮਿਲ ਜੂਗਾ, ਫਿਰ ਉਹ ਬ੍ਰੇਕਫਾਸਟ ਵਗੈਰਾ ਕਰਕੇ ਫਿਰ ਅਸੀਂ ਅੱਗੇ ਦੇ ਲਈ ਚੱਲਾਂਗੇ। ਆ ਜਗ੍ਹਾ ਜੀ, ਇੱਥੇ ਹੁਣ ਅਸੀਂ ਕਰ ਲੱਗੇ ਹਾਂ ਬ੍ਰੇਕਫਾਸਟ, ਅਤੇ ਇੱਥੇ ਲੱਕੀ ਨੇ ਕਨਫਰਮ ਕਰ ਲਿਆ ਕਿ ਤੰਦੂਰੀ ਪਰਾਂਠੇ ਮਿਲਣਗੇ ਜਾਂ ਤਵੇ ਵਾਲੇ। ਹੁਣ ਤਵੇ ਵਾਲੇ ਅਸੀਂ ਛਕਣੇ ਆ ਤੇ ਤਵੇ ਵਾਲੇ ਇੱਥੇ ਹੈਗੇ ਆ ਇਹਨਾਂ ਕੋਲ। ਹਾਂਜੀ, ਤੇ ਇਸ ਜਗ੍ਹਾ ਤੇ ਅਸੀਂ ਬ੍ਰੇਕਫਾਸਟ ਉਹ ਕਰ ਲਿਆ, ਬ੍ਰੇਕਫਾਸਟ ਸਾਡਾ ਫਿਨਿਸ਼ ਹੋ ਗਿਆ। ਚਲੋ ਵਿਊ ਦਿਖਾਉਂਦੇ ਆ ਬਾਹਰ ਦਾ। ਹਾਂਜੀ, ਤੇ ਹੁਣ ਅਸੀਂ ਬ੍ਰੇਕਫਾਸਟ ਵਗੈਰਾ ਕਰ ਲਿਆ ਜੀ। ਇੱਥੇ ਰੁਦਰਪ੍ਰਯਾਗ ਅਸੀਂ ਰੁਕੇ ਸੀ, ਜਿੱਦਾਂ ਤੁਹਾਨੂੰ ਮੈਂ ਪਹਿਲਾਂ ਦੱਸ ਹੀ ਚੁੱਕਾ, ਤੇ ਇੱਥੋਂ ਅਸੀਂ ਜੋਸ਼ੀ ਮੱਠ ਵਾਲੇ ਪਾਸੇ ਜਾ ਰਹੇ ਹਾਂ। ਤੇ ਜੋਸ਼ੀ ਮੱਠ ਤੋਂ ਅਸੀਂ ਪਹਿਲਾਂ ਗੋਬਿੰਦ ਘਾਟ ਗੁਰਦੁਆਰਾ ਸਾਹਿਬ ਜਾਣਾ ਸੀ, ਲੇਕਿਨ ਉਹ ਪਲੈਨ ਅਸੀਂ ਥੋੜ੍ਹਾ ਚੇਂਜ ਕਰਤਾ। ਹੁਣ ਪਹਿਲਾਂ ਜੋਸ਼ੀ ਮੱਠ ਤੋਂ ਅਸੀਂ ਤਪੋਵਨ ਹੁੰਦੇ ਹੋਏ ਜਿਹੜਾ ਹੈ ਭਵਿਸ਼ਯ ਬੱਦਰੀ ਇੱਕ ਮੰਦਿਰ ਆ, ਉੱਥੇ ਦਰਸ਼ਨ ਕਰਨ ਲਈ ਜਾਣਾ, ਤੇ ਨਾਲੇ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ, ਤੇ ਉੱਥੇ ਜਾ ਕੇ ਉਸ ਮੰਦਿਰ ਦਾ ਜਿਹੜਾ ਸਾਰਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਕਿਉਂਕਿ ਜ਼ਿਆਦਾਤਰ ਆਪਾਂ ਜਿਹੜਾ ਹੈਗਾ ਬਦਰੀਨਾਥ ਧਾਮ ਬਾਰੇ ਸੁਣਿਆ, ਲੇਕਿਨ ਭਵਿਸ਼ਯ ਬੱਦਰੀ ਬਾਰੇ ਬਹੁਤ ਰੀਅਰ ਆਪਾਂ ਨੂੰ ਪਤਾ ਵਾ ਭਵਿਸ਼ਯ ਬੱਦਰੀ ਕੀ ਆ। ਤੇ ਅੱਜ ਆਪਣਾ ਆਪਣੇ ਇਸ ਬਲੌਗ ਦੇ ਵਿੱਚ ਤੁਹਾਨੂੰ ਉਸ ਮੰਦਿਰ ਦੇ ਬਾਰੇ ਵੀ ਦੱਸਾਂਗੇ, ਭਵਿਸ਼ਯ ਬੱਦਰੀ ਬਾਰੇ ਕਿ ਇਹ ਜਿਹੜਾ ਮੰਦਿਰ ਆ ਕਿੰਨਾ ਦਾ ਹੈਗਾ ਵਾ ਤੇ ਇਹਨੂੰ ਭਵਿਸ਼ਯ ਬੱਦਰੀ ਕਿਉਂ ਕਿਹਾ ਜਾਂਦਾ। ਠੀਕ ਹੈ ਬਾਈ ਜੀ, ਹੁਣ ਆਪਾਂ ਚੱਲਦੇ ਹਾਂ ਇੱਥੋਂ, ਪਹਿਲਾਂ ਆਪਾਂ ਜੋਸ਼ੀ ਮੱਠ ਚੱਲੀਏ, ਉੱਥੋਂ ਫਿਰ ਜਿਹੜਾ ਹੈਗਾ ਤਪੋਵਨ ਦੇ ਹੁੰਦੇ ਹੋਏ ਜਿਹੜਾ ਇਹ ਮੰਦਿਰ ਨੂੰ ਰਾਹ ਜਾਂਦਾ ਉਹ ਸਾਰਾ ਤੁਹਾਨੂੰ ਦੱਸ। ਹਾਂਜੀ, ਤੇ ਹੁਣ ਅਸੀਂ ਡਿਸਟ੍ਰਿਕਟ ਚਮੋਲੀ ਦੇ ਵਿੱਚ ਐਂਟਰ ਕਰਦੇ ਸੀ। ਜਿੱਥੇ ਹੀ ਆਪਾਂ ਚਮੋਲੀ ਡਿਸਟ੍ਰਿਕਟ 'ਚ ਐਂਟਰ ਕਰਦੇ ਹਾਂ ਤੇ ਇੱਥੇ ਇੱਕ ਬੈਰੀਅਰ ਆ। ਇਸ ਜਗ੍ਹਾ ਦੇ ਉੱਤੇ ਜਿਹੜੇ ਵੀ ਚਾਰ ਧਾਮ ਯਾਤਰਾ ਲਈ ਯਾਤਰੀ ਜਾਂਦੇ ਉਹਨਾਂ ਸਾਰਿਆਂ ਦੀ ਰਜਿਸਟ੍ਰੇਸ਼ਨ ਜਿਹੜੀ ਹੁੰਦੀ ਆ, ਇੱਥੋਂ ਰਜਿਸਟ੍ਰੇਸ਼ਨ ਕਰਵਾਉਣ ਤੋਂ ਬਾਅਦ ਆਪਾਂ ਆਪਣੀ ਯਾਤਰਾ ਲਈ ਜਾ ਰਹੇ ਹਾਂ। ਇਹ ਡਿਸਟ੍ਰਿਕਟ ਚਮੋਲੀ ਦੇ ਵਿੱਚ ਇਹ ਰਜਿਸਟ੍ਰੇਸ਼ਨ ਹੁੰਦੀ ਆ। ਹਾਂਜੀ, ਅਤੇ ਇੱਥੇ ਆਪਾਂ ਆਪਣੀ ਐਂਟਰੀ ਕਰਵਾਤੀ। ਐਂਟਰੀ ਕਰਵਾਉਣ ਤੋਂ ਬਾਅਦ ਆਪਾਂ ਆਪਣੇ ਅਗਲੇ ਪੜਾਅ ਵਾਲੇ ਪਾਸੇ ਨੂੰ ਤੁਰ ਪਏ। ਪਰ ਜਿਹੜੀ ਮੇਨ ਆਪਣੀ ਰਜਿਸਟ੍ਰੇਸ਼ਨ ਹੁੰਦੀ ਆ ਉਹ ਰਿਸ਼ੀਕੇਸ਼ ਹੁੰਦੀ ਆ। ਰਿਸ਼ੀਕੇਸ਼ ਜਿਹੜਾ ਗੁਰਦੁਆਰਾ ਹੇਮਕੁੰਡ ਸਾਹਿਬ ਟਰੱਸਟ ਦਾ ਬਣਿਆ ਹੋਇਆ, ਉੱਥੇ ਹੇਮਕੁੰਡ ਸਾਹਿਬ ਦੀ ਯਾਤਰਾ ਦੀ ਜਿੰਨੇ ਵੀ ਯਾਤਰੀ ਜਾਂਦੇ ਨੇ ਉਹਨਾਂ ਦੀ ਰਜਿਸਟ੍ਰੇਸ਼ਨ ਉੱਥੇ ਹੁੰਦੀ ਆ। ਜਗ੍ਹਾ ਤੇ ਫਿਰ ਅਸੀਂ ਤਾਮ ਜਾਮਜਾ ਕੀਤਾ ਹੀ ਸ਼ੁਰੂ ਆਪਣਾ ਕਾਫੀ ਵਾਲਾ। ਇਹ ਲੱਗੇ ਨੇ ਮੁੰਡੇ ਆਪਣੇ ਕਾਫੀ ਬਣਾਉਣ ਤੇ ਹੁਣ ਕਾਫੀ ਪਿਲਾਉਣਗੇ। ਲਓ ਜੀ, ਆਹ ਸਾਡਾ ਤਾਮ ਜਾਮ ਹੋ ਗਿਆ ਸਟਾਰਟ। ਇੱਥੇ ਹੁਣ ਬਣਾਵਾਂਗੇ ਮੈਗੀ ਤੇ ਨਾਲੇ ਕਾਫੀ। ਬਣਾਏਗਾ ਵੀ ਕਾਫੀ? ਕਾਫੀ ਕਾਫੀ ਆਹ ਇੱਕ ਮੁੰਡਾ ਧਾਰ ਚਾਉਂਦਾ ਪਿਆ, ਅਮੁਲ ਦੀ ਅਮੁਲ ਚਾਉਂਦਾ ਪਿਆ, ਅਮੁਲ ਚਾਉਂਦਾ ਪਿਆ। ਇੱਥੇ ਹੁਣ ਅੱਧਾ ਪੌਣਾ ਘੰਟਾ ਸਪੈਂਡ ਕਰਾਂਗੇ। ਅੱਧਾ ਪੌਣਾ ਘੰਟਾ ਰੁਕ ਕੇ ਫਿਰ ਅਸੀਂ ਅੱਗੇ ਜੋਸ਼ੀ ਮੱਠ ਵਾਲੇ ਪਾਸੇ ਨੂੰ ਜਾਵਾਂਗੇ, ਅਤੇ ਜੋਸ਼ੀ ਮੱਠ ਤੋਂ ਫਿਰ ਉਹੀ ਤਪੋਵਨ ਵਾਲੇ ਪਾਸਾ ਇੱਕ ਸਾਈਡ 'ਤੇ, ਉੱਥੇ ਜਾ ਕੇ ਫਿਰ ਦੇਖਦੇ ਹਾਂ ਜੀ ਕੀ ਬਣਦਾ ਪ੍ਰੋਗਰਾਮ। ਲੈ ਹੁਣ ਤੇਰੇ ਕੋਲ ਸਿਲੰਡਰ ਨਹੀਂ ਚੱਲਦਾ, ਇਹ ਕੀ ਚਲਾਇਆ, ਹੋਰ ਕੀ ਚਲਾਇਆ? ਲਾ ਯਾਰ ਸਹੀ ਗੱਲ ਆ। ਹੁਣ ਸਾਰਾ ਇਹ ਜ਼ਿਆਦਾ ਦੁੱਧ ਆ, ਮੇਰੀ ਗੱਲ ਸੁਣ, ਇੱਕ ਵਾਰੀ ਹੁਣ ਬਣਾ ਲੈ, ਇੱਥੇ ਬਹਿ ਜਾਂਦੇ ਅੱਧੇ ਘੰਟੇ ਤੱਕ, ਫਿਰ ਬਣਾ ਲੈਣਾ ਇੱਥੋਂ, ਜ਼ਿਆਦਾ ਅੱਧੇ ਘੰਟੇ ਤੱਕ ਚਲੇ ਜਾਣਾ।
ਤੂੰ ਜ਼ਿਆਦਾ ਨਾ ਬੋਲ, ਠੀਕ ਆ ਨਾ? ਇੱਥੇ ਹੁਣ ਕੌਫੀਆਂ ਪੀ ਜਾਣੀਆਂ ਨੇ, ਇਹਨੂੰ ਕਾਸਲਾ ਭਰਾਵਾ ਬੰਦ ਕਰ ਯਾਰ, ਬੰਦ ਕਰ ਗਰੁੱਪ ਦਾ ਪਤੀਲਾ ਚੱਕ ਪਹਿਲਾਂ। ਲਓ ਜੀ, ਕੌਫੀ ਕੂਫੀ ਸਾਡੀ ਬਣ ਗਈ ਇੱਥੇ, ਅਤੇ ਕੌਫੀ ਵਗੈਰਾ ਪੀ ਲਈ, ਹੁਣ ਬਸ ਇੱਥੋਂ ਚਾਲੇ ਪਾਈਏ। ਮੌਸਮ ਜਿਹੜਾ ਥੋੜ੍ਹਾ ਜਿਹਾ ਚੇਂਜ ਹੋ ਗਿਆ, ਬੱਦਲਬਾਈ ਜੀ ਹੋ ਗਈ ਇੱਥੇ, ਬਾਰਿਸ਼ ਦੇ ਆਸਾਰ ਲੱਗਦੇ ਆ ਕਿ ਬਾਰਿਸ਼ ਹੋਏਗੀ। ਚਲੋ ਜੇ ਬਾਰਿਸ਼ ਹੋ ਜੂਗੀ ਤਾਂ ਮੌਸਮ ਥੋੜ੍ਹਾ ਹੋਰ ਠੰਡਾ ਹੋ ਜੂਗਾ, ਇਹ ਤਾਂ ਵਧੀਆ ਹੀ ਆ। ਪਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਇੱਥੋਂ ਟਾਈਮ ਨਾਲ ਨਿਕਲ ਜਾਈਏ, ਤਾਂ ਜੋ ਅਸੀਂ ਆਪਣਾ ਜਿਹੜਾ ਡੈਸਟੀਨੇਸ਼ਨ ਆ ਭਵਿਸ਼ਯ ਬੱਦਰੀ ਉੱਥੇ ਇੱਕ ਵਾਰੀ ਪਹੁੰਚ ਜਾਈਏ। ਦੇਖ ਲਓ ਇਹੋ ਜਿਹੇ ਸੰਗਤ ਵੀ ਹੈਗੀ ਆ ਜਿਹੜੀ ਪੈਦਲ ਜਿਹੜੀ ਹੈ ਬਦਰੀਨਾਥ। ਤੁਸੀਂ ਪੈਦਲ ਜਾਣਾ ਬਦਰੀਨਾਥ? ਕਹਾਂ ਸੇ ਆਏ ਅਭੀ ਆਪ? ਰਿਸ਼ੀਕੇਸ ਸੇ। ਰਿਸ਼ੀਕੇਸ ਸੇ ਯਹਾਂ ਤੱਕ ਪੈਦਲ? ਪੈਦਲ ਕੇਦਾਰਨਾਥ ਜਾਓਗੇ? ਵੈਦਨਾਥ, ਠੀਕ ਹੈ। ਅਭੀ ਬਦਰੀਨਾਥ? ਓ ਦੇਖ ਲਓ ਸੰਗਤ ਦਾ ਕਿੰਨਾ ਮੋਹ ਆਪਣੇ ਪ੍ਰਭੂ ਦੇ ਲਈ, ਜਿਹੜੇ ਪੈਦਲ ਜਿਹੜੇ ਯਾਤਰਾ ਕਰਦੇ ਪਏ ਨੇ। ਆਪਾਂ ਗੱਡੀਆਂ ਦੇ ਰਾਹੀਂ ਜਾਂ ਫਿਰ ਹੋਰ ਮੋਟਰਸਾਈਕਲ ਰਾਹੀਂ ਆਪਾਂ ਯਾਤਰਾ ਕਰਦੇ ਹਾਂ, ਇਹਨਾਂ ਦਾ ਹੌਸਲਾ ਦੇਖੋ ਕਿੰਨਾ, ਜਿਹੜੇ ਰਿਸ਼ੀਕੇਸ਼ ਤੋਂ ਪੈਦਲ ਕੇਦਾਰਨਾਥ ਅਤੇ ਬਦਰੀਨਾਥ ਧਾਮ ਦੀ ਜਿਹੜੀ ਯਾਤਰਾ ਕਰ ਰਹੇ ਨੇ। ਠੀਕ ਹੈ ਭਾਈ, ਨਮਸਤੇ। ਦੋ ਢਾਈ ਕਿਲੋਮੀਟਰ ਕਿ ਜ਼ਿਆਦਾ? ਹੁਣ ਆਪਾਂ ਜੋਸ਼ੀ ਮਠ ਪਹੁੰਚਣ ਵਾਲੇ ਜੀ, ਅਤੇ ਇੱਥੋਂ ਜੋਸ਼ੀ ਮਠ ਤੋਂ ਜਿਹੜਾ ਤਪੋਵਨ ਨੂੰ ਰਸਤਾ ਜਾਂਦਾ ਮੇਨ ਚੌਂਕ ਤੋਂ, ਉੱਥੋਂ ਤਪੋਵਨ ਜਿਹੜਾ ਹੈਗਾ ਵਾ ਜੋਸ਼ੀ ਮਠ ਤੋਂ 12 ਕਿਲੋਮੀਟਰ ਆ। ਅਤੇ ਜਦੋਂ ਆਪਾਂ 12 ਕਿਲੋਮੀਟਰ ਜਾਂਦੇ ਹਾਂ ਤਾਂ ਤਪੋਵਨ ਜਿਸ ਤਰ੍ਹਾਂ ਹੀ ਆਪਾਂ ਪਹੁੰਚਦੇ, ਤਪੋਵਨ ਦੀ ਮਾਰਕੀਟ ਕਰੋਸ ਕਰਦੇ ਹੋਏ ਨਾ ਰਾਈਟ ਹੈਂਡ ਸਾਈਡ 'ਤੇ ਇੱਕ ਰਾਹ ਜਾਂਦਾ, ਉੱਥੋਂ 13 ਕਿਲੋਮੀਟਰ ਜਿਹੜਾ ਭਵਿਸ਼ਯ ਬੱਦਰੀ ਨੂੰ ਰਾਹ ਜਾਂਦਾ। ਹੁਣ ਆਪਾਂ ਉੱਥੇ ਪਹੁੰਚ ਕੇ ਤੁਹਾਨੂੰ ਉਹ ਰਾਹ ਦਿਖਾਈਏ ਪਹਿਲਾਂ। ਹਾਂਜੀ, ਅਤੇ ਆਪਾਂ ਉਸ ਜਗ੍ਹਾ ਦੇ ਉੱਤੇ ਪਹੁੰਚ ਕੇ ਜਿਸ ਜਗ੍ਹਾ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਦਾ ਸੀ, ਆਹ ਜਿਹੜੀ ਤੁਹਾਨੂੰ ਰੋਡ ਦਿਸਦੀ ਪਈ ਆ ਜੀ, ਇਹ ਉਹੀ ਰੋਡ ਆ ਤਪੋਵਨ ਦੀ। ਆਪਾਂ ਤਪੋਵਨ ਦੀ ਮਾਰਕੀਟ ਕਰੋਸ ਕਰਕੇ ਆ ਗਏ, ਅਤੇ ਇੱਥੇ ਆ ਕੇ ਆਹ ਬੋਰਡ ਲੱਗਿਆ ਹੋਇਆ ਵਾ ਸਾਈਨ ਬੋਰਡ, ਇਹ ਜਿਹੜਾ ਸਾਈਨ ਬੋਰਡ ਆ ਭਵਿਸ਼ਯ ਬੱਦਰੀ ਦਾ ਸਾਈਨ ਬੋਰਡ ਆ, ਅਤੇ ਇੱਥੋਂ 13 ਕਿਲੋਮੀਟਰ ਜਿਹੜਾ ਭਵਿਸ਼ਯ ਬੱਦਰੀ ਆ। ਆਹ ਦੇਖੋ ਰਸਤਾ ਜਿਹੜਾ ਵਾ ਕਾਫੀ ਰਿਸਕੀ ਜਿਹਾ ਲੱਗਦਾ ਇੱਧਰ, ਚਲੋ ਬਾਕੀ ਲੈ ਕੇ ਰੱਬ ਦਾ ਨਾਂ ਜਾਂਦੇ ਹਾਂ, ਫਿਰ ਦੇਖਦੇ ਹਾਂ ਕੀ ਹਿਸਾਬ ਕਿਤਾਬ ਇੱਧਰ ਦਾ। ਇੱਥੋਂ 13 ਕਿਲੋਮੀਟਰ ਆ ਜਿਹੜਾ ਭਵਿਸ਼ਯ ਬੱਦਰੀ। ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਿ ਜੋਸ਼ੀ ਮਠ ਤੋਂ ਅਸੀਂ ਰਾਈਟ ਸਾਈਡ 'ਤੇ ਉੱਤੇ ਟਰਨ ਕੀਤੇ ਸੀ ਉੱਪਰਲੇ ਪਾਸੇ ਨੂੰ, ਉੱਥੋਂ ਤਪੋਵਨ ਆਏ। ਤਪੋਵਨ ਜਿਹੜਾ ਜੋਸ਼ੀ ਮਠ ਤੋਂ 12 ਕਿਲੋਮੀਟਰ ਆ, ਅਤੇ ਜਿਸ ਤਰ੍ਹਾਂ ਹੀ ਤਪੋਵਨ ਦੀ ਅਸੀਂ ਮਾਰਕੀਟ ਜਿਹੜੀ ਕ੍ਰੋਸ ਕੀਤੀ, ਕ੍ਰੋਸ ਕਰਨ ਤੋਂ ਬਾਅਦ ਸੱਜੇ ਪਾਸੇ ਨੂੰ ਇੱਕ ਸਾਈਨ ਬੋਰਡ ਲੱਗਿਆ ਹੋਇਆ ਸੀ, ਇਹ ਰੋਡ ਹੋਰ ਉੱਪਰ ਨੂੰ ਜਾਂਦੀ ਸੀ। ਇੱਥੋਂ ਭਵਿਸ਼ਯ ਬੱਦਰੀ ਜਿਹੜਾ 13 ਕਿਲੋਮੀਟਰ, ਅਤੇ ਹੁਣ ਅਸੀਂ ਉਸੇ ਰਾਸਤੇ ਦੇ ਉੱਤੇ ਜਾ ਰਹੇ ਹਾਂ ਜਿਹੜਾ 13 ਕਿਲੋਮੀਟਰ ਵਾਲਾ ਰਾਸਤਾ। ਇਹ ਜਿਹੜੀ ਸੜਕ ਆ ਸਿੰਗਲ ਸੜਕ ਆ, ਇੱਧਰ ਤੁਸੀਂ ਦੇਖ ਹੀ ਰਹੇ ਹੋ ਆਸੇ ਪਾਸੇ ਕਿੰਨਾ ਹੈਗਾ ਰਿਸਕੀ ਥੋੜ੍ਹਾ ਜਿਹਾ ਹੈਗਾ, ਲੇਕਿਨ ਅਸੀਂ ਫਿਰ ਵੀ ਜਿਹੜਾ ਹੈਗਾ ਭਵਿਸ਼ਯ ਬੱਦਰੀ ਜਾ ਰਹੇ ਹਾਂ ਬੱਦਰੀ। ਹਾਂਜੀ, ਅਤੇ ਇਹ ਰੋਡ ਜਿਹੜੀ ਸਿੱਧੀ ਆ ਭਵਿਸ਼ਯ ਬੱਦਰੀ ਨੂੰ ਜਾ ਰਹੀ ਆ ਜੀ, ਅਤੇ ਕਹਿੰਦੇ ਕਿ ਇੱਥੋਂ ਜਿਹੜਾ ਭਵਿਸ਼ਯ ਬੱਦਰੀ ਆ ਅਪਰੋਕਸੀਮੇਟ 3 ਕਿਲੋਮੀਟਰ ਦੇ ਕਰੀਬ ਹੈਗਾ ਵਾ। ਬਟ ਇੱਥੇ ਮੌਸਮ ਜਿਹੜਾ ਇਸ ਵੇਲੇ ਬਹੁਤ ਹੀ ਜ਼ਿਆਦਾ ਵਧੀਆ ਹੋ ਗਿਆ, ਟੈਂਪਰੇਚਰ ਆਲਮੋਸਟ 13-14 ਹੋ ਗਿਆ, ਅਤੇ ਇਸ ਵੇਲੇ ਠੰਡ ਪੂਰੀ ਵਧੀਆ ਮੌਸਮ ਹੋ ਗਿਆ ਇੱਥੇ ਪੂਰਾ ਵਧੀਆ। ਪਰ ਵਿਊ ਔਰ ਲੋਕੇਸ਼ਨ ਇੱਥੇ ਬਹੁਤ ਹੀ ਜ਼ਿਆਦਾ ਸੋਹਣੀ ਆ। ਇਸ ਸਾਈਡ ਦੇ ਉੱਤੇ ਸਾਰੇ ਮਾਊਂਟੇਨ ਨੇ ਜਿਹੜੇ ਪੂਰੇ ਪਹਾੜ ਨੇ ਪੱਥਰ ਵਾਲੇ, ਔਰ ਇੱਥੇ ਇੱਧਰ ਗ੍ਰੀਨਰੀ ਪੂਰੀ ਗ੍ਰੀਨਰੀ। ਹਾਂਜੀ, ਅਤੇ ਹੁਣ ਅਸੀਂ
ਪਹੁੰਚ ਗਿਆ ਜੀ ਬਿਰਵੇਸ਼ਾ ਬਦਰੀ ਦੇ ਪੁਆਇੰਟ ਦੇ ਉੱਤੇ ਜਿੱਥੇ ਮੰਦਿਰ ਬਣਿਆ ਹੋਇਆ। ਆਹ ਜਿਹੜਾ ਹੈਗਾ ਵਾ ਇਹ ਪਾਰਕਿੰਗ ਏਰੀਆ ਵਾ, ਇੱਥੇ ਇਹਨੂੰ ਥਾਰ ਨੂੰ ਕਰਤਾ ਪਾਰਕ, ਅਤੇ ਆਹ ਟਰੈਕ ਜਿਹੜਾ ਉੱਪਰ ਜਾ ਰਿਹਾ। ਹਾਲੇ ਇਹ ਦੋ ਜਿਹੜੇ ਸ਼ਰਧਾਲੂ ਨੇ ਇਹ ਇਹਨਾਂ ਦਾ ਮਨ ਨਹੀਂ ਮੰਨਦਾ ਜਾਣ ਲਈ, ਧੱਕੇ ਨਾਲ ਹੀ ਜਾ ਰਹੇ ਨੇ। ਕੀ ਗੱਲ ਭਾਅ ਜੀ, ਤੁਹਾਡਾ ਮਨ ਨਹੀਂ ਮੰਨਦਾ ਜਾਣ ਨੂੰ? ਜਾ ਰਹੇ ਹੋ, ਚਲੋ ਫਿਰ ਲੋਏ ਲੇ। ਇਹ ਇਹ ਕਹਿੰਦੇ ਵੀ ਅਸੀਂ ਇਹ ਟਰੈਕ ਨਹੀਂ ਕੰਪਲੀਟ ਕਰਨਾ, ਕਹਿੰਦੇ ਟਰੈਕ ਜ਼ਿਆਦਾ ਵਾ, ਕਹਿੰਦੇ ਗੱਡੀ ਲੈ ਜਾਓ ਉੱਪਰ, ਪਰ ਗੱਡੀ ਉੱਪਰ ਜਾਂਦੀ ਨਹੀਂ ਕਿ ਇੱਥੇ ਤੱਕ ਹੀ ਗੱਡੀ ਆਉਂਦੀ ਆ। ਇਸ ਤੋਂ ਬਾਅਦ ਟਰੈਕ ਆ ਅੱਧਾ ਕੁ ਕਿਲੋਮੀਟਰ ਦਾ, ਬਾਕੀ ਹੁਣ ਉੱਪਰ ਜਾਂਦੇ ਹਾਂ। ਉੱਪਰ ਜਾ ਕੇ ਆਪਾਂ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਬਿਰਵੇਸ਼ਾ ਬਦਰੀ। ਹਾਂ ਬਸ ਇਹੀ ਗੱਲ ਮੈਂ ਤੁਹਾਨੂੰ ਕਹਿੰਦਾ, ਤੁਹਾਨੂੰ ਕੱਲ੍ਹ ਦੇ ਲਈ ਨਾ ਹੇਮਕੁੰਡ ਸਾਹਿਬ ਚੜ੍ਹਾਈ ਚੜ੍ਹਨ ਤੋਂ ਪਹਿਲਾਂ ਟ੍ਰਾਇਲ ਆ। ਇੱਕ ਮੈਗੀ ਪੁਆਇੰਟ ਵੀ ਬਣਿਆ ਹੋਇਆ ਇੱਥੇ। ਉਹ ਸਾਹਮਣੇ ਹੈ ਜੀ ਮੰਦਿਰ, ਆ ਕਹਿੰਦੇ ਆ ਕਿ ਭਗਵਾਨ ਬਦਰੀ ਜਿਹੜੇ ਹੈਗੇ ਆ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਦਰਸ਼ਨ ਦਿਆ ਕਰਨਗੇ। ਜੋ ਬਦਰੀਨਾਥ ਧਾਮ ਆ ਉਹ ਅਲੋਪ ਹੋ ਜਾਣਾ। ਆਫਟਰ ਆਲ ਅਸੀਂ ਪਹੁੰਚ ਹੀ ਗਏ ਜੀ ਬਿਰਵੇਸ਼ਾ ਬਦਰੀ। ਭਵਿਸ਼ ਮੇਂ ਹੋਣੇ ਵਾਲੇ ਬਦਰੀਨਾਥ ਜੀ। ਚੀਜ਼ ਹੋਰ ਪੁੱਛਣੀ ਸੀ ਪੰਡਿਤ ਜੀ, ਇਸ ਮੰਦਿਰ ਕਾ ਨਿਰਮਾਣ ਕਹਿਣੇ ਕਾ ਮਤਲਬ ਕਿ ਯੇ ਕਬ ਸੇ ਯੇ ਯਹਾਂ ਪੇ ਪੂਜਾ ਹੋ ਰਹੀ ਹੈ? ਪੂਜਾ ਯੇ ਇਸਕੋ ਹੋ ਗਏ 300 ਵਰਸ। 300 ਵਰਸ ਜੀ, ਜਬ ਸੇ ਗੋ ਮਾਤਾ ਨੇ ਯਹਾਂ ਪਰ ਦੁੱਧ ਦੇਣਾ ਸ਼ੁਰੂ ਕੀਆ, ਤਬ ਸੇ ਯਹ ਪੂਜਾ ਨਿਰੰਤਰ ਹਮੇਸ਼ਾ ਯਹਾਂ ਪਰ। ਜਬ ਗੋ ਮਾਤਾ ਘਰ ਕੋ ਜਾਤੀ ਤੋ ਉਸਕਾ ਦੁੱਧ ਕਮ ਹੋ ਜਾਤਾ, ਫਿਰ ਵੀ ਗੋ ਮਾਤਾ ਕੋ ਕਹੀਂ ਵੀ ਜੰਗਲ ਮੇ ਲੈ ਜਾਓ ਉਹ ਯਹਾਂ ਆਕਰ ਨਿਤ ਦੁੱਧ ਦੇ ਦਿੱਤੀ। ਫਿਰ ਗਵਾਲੇ ਕੋ ਪਤਾ ਚਲਾ ਇੱਕ ਦਿਨ ਕਿ ਗੋ ਮਾਤਾ ਇਸ ਸ਼ਿਲਾ ਪਰ ਦੁੱਧ ਛੋੜ ਰਹੀ ਹੈ ਆਪਣੇ ਆਖੋ ਦੇ ਕੇ ਹਾਲ, ਤਬ ਜਾ ਕੇ ਵਹਾਂ ਪਰ ਪੂਰੇ ਗ੍ਰਾਮ ਵਾਸੀ ਗ੍ਰਾਮ ਸਭਾਈਆਂ ਵਾਲੇ ਬਹੁਤ ਸ਼ਬਦਰੀ ਵਾਲੇ ਨੇ ਯਹਾਂ ਪਰ ਪੂਜਾ ਅਰਚਨਾ ਕਰਨਾ ਸ਼ੁਰੂ ਕਰੀ। ਕਹਿੰਦੇ ਹੈ ਸ਼ਾਸਤਰੋਂ ਮੇਂ ਲਿਖ ਗਿਆ ਕਿ ਜੋਸ਼ੀ ਮਠ ਜੋ ਨਰਸਿੰਘ ਮੰਦਿਰ ਨਰਸਿੰਘ ਭਗਵਾਨ ਹੈ ਵਹਾਂ ਪਰ ਭਗਵਾਨ ਕੀ ਕਲਾਈ ਬਾਰੀਕ ਪਤਲੀ ਹੋਣੇ ਜਾ ਰਹੀ, ਜਿਸ ਦਿਨ ਉਹ ਕਲਾਈ ਟੂਟ ਜਾਏਗਾ ਔਰ ਬਦਰੀਨਾਥ ਕੇ ਨਾ ਨਾਰਾਇਣ ਪਰਬਤ ਆਪਸ ਮੇਂ ਮਿਲ ਜਾਏਗੇ ਤੋ ਬਦਰੀ ਵਿਸ਼ਾਲ ਭਗਵਾਨ ਭਵਿਸ਼ ਬਦਰੀ ਮੇਂ ਬਿਰਾਜਮਾਨ ਹੋਣਗੇ, ਉਨਕੀ ਪੂਜਾ ਯਹੀ ਪਰ ਕੀ ਜਾਏਗੀ। ਭਗਵਾਨ ਜੋ ਇਹ ਸ਼ਿਲਾ ਆਪ ਦੇਖ ਰਹੇ ਹੈ ਯੇ ਪਹਿਲੇ ਪੂਰੀ ਭਰੀ ਹੋਈ ਸੀ, ਇਹ ਜੋ ਆਕ੍ਰਿਤੀ ਪਹਿਲੇ ਨਹੀਂ ਥੇ ਸਰ, ਇਹ ਆਕ੍ਰਿਤੀ ਜਬ ਯਹਾਂ ਪਰ ਪੂਜਾ ਹੋਣੇ ਲੱਗੀ ਤਬ ਜਾ ਕੇ ਯਹਾਂ ਪਰ ਆਕ੍ਰਿਤੀ ਪੂਰਨੇ ਲੱਗੀ। ਆਪਕੇ ਸਾਹਮਣੇ ਮੈਂ ਜੋ ਪਹਿਲੇ ਵੀ ਜਾਣਕਾਰੀ ਦੇਤਾ ਹੂੰ ਕਿ ਜੋ ਨੀਚੇ ਦੇਖੇ ਹਵਨ ਕੁੰਡ ਹੈ, ਵੈਸੇ ਭਗਵਾਨ ਕਾ ਉਤਪੰਨ ਹੋਣਾ ਸ਼ੁਰੂ ਹੋਇਆ ਹੈ। ਹੋਮ ਕੁੰਡ ਮੇਂ ਪਾਣੀ ਥੋੜ੍ਹਾ ਥੋੜ੍ਹਾ ਹਲਕਾ ਹਲਕਾ ਭਗਵਾਨ ਕੇ ਉੱਪਰ ਸੇ ਆਤਾ ਹੈ ਔਰ ਹੋਮ ਕੁੰਡ ਮੇਂ ਹੀ ਜਮਾ ਰਹਿਤਾ ਹੈ। ਇਹ ਆਪ ਦੇਖੇ ਸਰ, ਇਹ ਨੀਚੇ ਹੈ ਭਗਵਾਨ ਕੇ ਪਾਂਵ ਬਾਹਰ ਕੋ ਆਉਣੇ ਲੱਗੇ, ਦੋਨੋਂ ਪਾਂਵ ਭਗਵਾਨ ਕੇ ਆਉਣੇ ਲੱਗੇ ਹੈ ਔਰ ਉੱਪਰ ਸੇ ਪਹਿਲੇ ਇਸ ਪੇ ਮਾਲਾ ਨਹੀਂ ਟਿਕਤੀ ਥੀ, ਕੱਪੜੇ ਨਹੀਂ ਟਿਕਤੇ ਥੇ, ਹਾਰ ਨਹੀਂ ਟਿਕਤੇ ਥੇ ਔਰ ਮੁਕੁਟ ਵੀ ਨਹੀਂ ਆ ਸਕਦਾ ਥਾ। ਧੀਰੇ ਧੀਰੇ ਭਗਵਾਨ ਨੀਚੇ ਸੇ ਉੱਪਰ ਕੋ ਉਭਰਨੇ ਲੱਗੇ, ਪਹਿਲੇ ਚੋਲੀ ਆਉਣੇ ਲੱਗੀ ਔਰ ਉਸਕੇ ਬਾਅਦ ਮਾਲਾ ਆਉਣਾ ਲੱਗਾ, ਉਸਕੇ ਬਾਅਦ ਹਾਰ ਆਉਣਾ ਲੱਗੇ, ਉਸਕੇ ਬਾਅਦ ਤੁਲਸੀ ਕਾ ਮਾਲਾ ਵੀ ਪੂਰਾ ਭਗਵਾਨ ਕੇ ਗਲੇ ਮੇਂ ਆਉਣੇ ਲੱਗੇ। ਯਹਾਂ ਪਰ 12 ਮਹੀਨਾ ਪੂਜਾ ਹੋ, 12 ਮਹੀਨਾ ਬੰਦ ਨਹੀਂ ਕਰਦੇ,
12 महीना भगवान कभी भी यहाँ पर अपने फुल रूप में अवतार नहीं सकता। ठीक है, यहाँ पर कपाट बंद नहीं है, यहाँ पे कभी भी कपाट बंद नहीं होते, कपाट बंद हुई है। जैसे बद्रीनाथ धाम बंद हो जाता है, 6 महीने वाला हिसाब यहाँ पर नहीं है। यहाँ पर सुबह भगवान की नहलाना, पूजा अर्चना सुबह 7 बजे हो जाते हैं, सायंकाल 7:30 बजे शयन आरती करते हुए थोड़ा सा हल्का सा हम दरवाजा बंद कर लेते हैं। अगर दर्शनार्थी आवे ले तो हम पर्दा रहते हैं, यहाँ पर पर्दा से दर्शन कर सकते हैं। तो यहाँ पर दर्शन करने की कोई परेशानी नहीं होती, यहाँ पे कोई परेशानी नहीं होती। और इस मंदिर की जो कमेटी बनी हुई है, कोई कैसे? हमारी कमेटी बनी हुई, आपकी कमेटी बनी हुई, पूरे 100 परिवार की कमेटी बनी हुई है। हमारे इस मंदिर के रजिस्ट्रेशन है, ये सरकार के उसमें नहीं है, ये सरकार के ग्राम समिति के उसमें हमारे पूरे इसमें सदस्य हैं। ठीक है, कार्यभार वही सदस्य, लेना देना खर्चा पानी आप लोगों के ही द्वारा यहाँ पर आता है, जो चढ़ावा आता है उसी से हम भगवान का यहाँ पर कपड़े आदि पूजा सामग्री तो पूजा तो दर्शनार्थी लाते हैं, परंतु जो भी यहाँ पर हमको कार्य करना है वो उसी से होता है, उसी से होता है जी। ठीक है पंडित जी, एक चीज पंडित जी मैंने पूछनी थी, अगर कोई यात्री बाहर से आता है उसको यहाँ पे देर सवेर हो जाती है तो वहाँ यहाँ पे रुक सकता है? रुक सकता है, उसको रुकवा लेंगे, कुछ अपने कुटिया पे उसको आश्रय दे देंगे। हाँ जी, अगर कोई यात्री इथे आउंदा दर्शन कर लई, भगवान बद्री दे दर्शन कर लई इथे आउंदा, उन्हां नूं रात हो जांदी आ, तां ओह पंडित जी कह रहे कि ओह उन्हां नूं रहण दे लई वी इथे जिहड़ा अरेंजमेंट कर सकदे आ, क्योंकि पंडित जी दी कुटिया इथे ही बनी हुई है नाल। आ सामने जिहड़ी तुम देख रहे हो इह कुटिया पंडित जी दी आ, यात्रियों को कोई दिक्कत नहीं होगा, अगर ज्यादा हो गई हम यहाँ पर व्यवस्था कर लेते हैं आश्रम में, आश्रम सब सब रुकवाते। ठीक है पंडित जी। हाँ जी, तो हुण मैं मंदिर के दर्शन कर ले जी, तो नाल भगवान बद्री दे भी थोनों दर्शन करवाते, हुण मैं वापस चाले पाते क्योंकि लक्की तो सर भी पहला चले गए नीचे, मैं उपर पंडित जी नाल गलबात कर रहा सीगा, वह सारी मैं थोड़े नाल गलबात सांझी कर ही दित्ती है। बहुत सोहना ट्रैक है इत्थे, ते जगह भी जिहड़ी हैगी है बहुत ज़्यादा सोहनी है, बड़ा मन लगता इत्थे। ऑलमोस्ट मैं इत्थे अद्धा पौना घंटा जिहड़ा स्पेंड किया तो बहुत वधिया लग्या मैनू, ट्रैक बहुत सोहना वा हैगा, ये अद्धा का किलोमीटर पौना किलोमीटर का ही है, 800 मीटर के करीब जो ट्रैक हैगा वा, पर जिहड़ी ये जगह वा ऑसम आ बाई जी। एक बारी तो दिल करदा कि इत्थों आपां ना ही जाइए, इन्ना कु सोहना मौसम आ ना, इन्नी कु शांति, इन्ना मन लगता इत्थे, मैं कहिंदा पुछो ही ना। चलो जे रब ने दोबारा सुभाग बनाया तो आप दोबारा फिर इतने आवेंगे, तो इतने कुछ समा स्पेंड करके जावे। इन्ना सोहना मौसम हो गया ना, मीह पै रहा वा, तो असी इतने 5 मिनट लिए रुके हैं। आ नीचे देखो झरने झूरने पूरे चलते हैं, इन्ना क औसम मौसम है इतने है, फिर मज़ा आ गया। की हो गया? पानी आ गया और शीशा उत्ते कर जल्दी।
ਬਾਰਿਸ਼ ਹੋਣ ਲੱਗ ਗਈ ਜੀ ਪੂਰੀ ਹੁਣ ਇੱਥੇ ਮੌਸਮ ਜਿਹੜਾ ਵਾ ਹੋਰ ਵੀ ਸੋਹਣਾ ਹੋ ਗਿਆ ਅਤੇ ਹੁਣ ਸਾਨੂੰ ਜੋਸ਼ੀਮਠ ਜਾਣ ਦੇ ਲਈ ਬਸ ਕਿੰਨਾ ਕੁ ਜੋਸ਼ੀਮਠ ਹੈਗਾ ਲੱਗੀ 12 ਕਿਲੋਮੀਟਰ ਹੈਗਾ ਮੇਰੇ ਕਿ ਮੰਨ ਕੇ ਚਲੋ 20 ਮਿੰਟ ਲੱਗਣਗੇ ਫਿਰ ਜੋਸ਼ੀਮਠ ਤੋਂ 22 ਕਿਲੋਮੀਟਰ ਜਿਹੜਾ ਹੈਗਾ ਗੋਬਿੰਦ ਘਾਟ ਸਾਹਿਬ ਆ ਅਤੇ ਉੱਥੇ ਅੱਧਾ ਪੌਣਾ ਘੰਟਾ ਸਾਨੂੰ ਅੱਗੇ ਲੱਗੂਗਾ ਅਪਰੋਕਸੀਮੇਟ ਅਸੀਂ 7 ਵਜੇ ਦੇ ਕਰੀਬ ਜਿਹੜਾ ਹੈਗਾ ਵਾ ਅਸੀਂ ਗੋਬਿੰਦ ਘਾਟ ਗੁਰਦੁਆਰਾ ਸਾਹਿਬ ਪਹੁੰਚ ਜਾਂਗੇ ਅਤੇ ਬਾਕੀ ਫਿਰ ਹੁਣ ਅਸੀਂ ਉੱਥੇ ਜਾ ਕੇ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਜੀ ਉੱਥੇ ਜਾ ਕੇ ਮਿਲਦੇ ਹਾਂ ਹਾਂਜੀ ਬਾਈ ਜੀ ਅਤੇ ਹੁਣ ਅਸੀਂ ਗੁਰਦੁਆਰਾ ਗੋਬਿੰਦ ਘਾਟ ਸਾਹਿਬ ਜਿਹੜਾ ਪਹੁੰਚ ਗਏ ਜੀ ਰੂਮ ਰਾਮ ਅਸੀਂ ਲੈ ਲਿਆ ਪ੍ਰਸ਼ਾਦਾ ਪਾਣੀ ਛਕ ਲਿਆ ਅਤੇ ਬਾਕੀ ਦੀ ਅਪਡੇਟ ਇਹ ਹੈ ਵੀ ਰਸ਼ ਕਾਫੀ ਜ਼ਿਆਦਾ ਵਾ ਬਹੁਤ ਸੰਗਤ ਜਿਹੜੀ ਇੱਥੇ ਆਈ ਹੋਈ ਹੈ ਗੁਰਦੁਆਰਾ ਸਾਹਿਬ ਅਤੇ ਇਹ ਆਪਣਾ ਲਾਸਟ ਪੜਾਅ ਵਾ ਜਿੱਥੇ ਆਪਾਂ ਗੱਡੀ ਰਾਹੀਂ ਆ ਸਕਦੇ ਹਾਂ ਇਸ ਤੋਂ ਬਾਅਦ ਹੁਣ ਜਿਹੜੀ ਯਾਤਰਾ ਵਾ ਉਹ ਪੈਦਲ ਜਾਂ ਫਿਰ ਜਿਹੜੀ ਹੈਗੀ ਹੈ ਘੋੜੇ ਖੱਚਰ ਰਾਹੀਂ ਕਰਨੀ ਪੈਂਦੀ ਆ ਬਾਕੀ ਕੱਲ੍ਹ ਦਾ ਫਿਰ ਆਪਾਂ ਕਿੰਨੇ ਵਜੇ ਨਿਕਲਦੇ ਹਾਂ ਕਿੰਨੇ ਵਜੇ ਆਪਾਂ ਉੱਥੇ ਉੱਪਰ ਪਹੁੰਚਦੇ ਹਾਂ ਗੁਰਦੁਆਰਾ ਗੋਬਿੰਦ ਧਾਮ ਸਾਹਿਬ ਅਤੇ ਫਿਰ ਉਹਦੇ ਬਾਰੇ ਸਵੇਰੇ ਤੁਹਾਨੂੰ ਅਪਡੇਟ ਦੇਵਾਂਗੇ ਹੁਣ ਆਪਾਂ ਅੱਜ ਦਾ ਵਲੋਗ ਦਾ ਇੱਥੇ ਐਂਡ ਕਰਦੇ ਹਾਂ ਜੀ ਠੀਕ ਹੈ ਬਾਈ ਜੀ ਜੇਕਰ ਤੁਹਾਨੂੰ ਮੇਰੇ ਵੱਲੋਂ ਬਣਾਇਆ ਗਿਆ ਅੱਜ ਦਾ ਇਹ ਵਲੋਗ ਵਧੀਆ ਲੱਗਿਆ ਤਾਂ ਤੁਸੀਂ ਇਸ ਵਲੋਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਜੀ ਆਪਾਂ ਫਿਰ ਸਵੇਰੇ ਨਵੀਂ ਅਪਡੇਟ ਲੈ ਕੇ ਅਤੇ ਸਵੇਰੇ ਫਿਰ ਯਾਤਰਾ ਦੇ ਨਾਲੇ ਸਟਾਰਟ ਕਰਦੇ ਹਾਂ ਜਿਹੜੀ ਵੀ ਪੈਦਲ ਯਾਤਰਾ ਅਸੀਂ ਕਰਾਂਗੇ ਕੱਲ੍ਹ ਉਹਦੇ ਬਾਰੇ ਤੁਹਾਨੂੰ ਪੂਰੀ ਇਨਫੋਰਮੇਸ਼ਨ ਦੇਵਾਂਗੇ ਜੀ ਸਤਿ ਸ਼੍ਰੀ ਅਕਾਲ